ਕਿਵੇਂ ਦੇਖੀ ਡਰੇਵਾਲ ਸਾਹਿਬ, ਕੱਲ ਵੀ ਜੋ ਕੁਝ ਇੱਥੇ ਵਾਪਰਿਆ, ਅੱਜ ਸਵੇਰ ਤੋਂ ਦਿਨ ਚੜ੍ਹਦੇ ਤੋਂ ਚੱਲ ਰਿਹਾ, ਗੱਲ ਸਿਰੇ ਕਿਵੇਂ ਲੱਗੂਗੀ? ਗੱਲਬਾਤ ਇਸ ਅਗਰੈਸ਼ਨ ਤੋਂ ਟੇਬਲ ਤੱਕ ਦੁਬਾਰਾ ਜਾਏਗੀ ਕਿਵੇਂ? ਦੇਖੋ, ਸਰਕਾਰ ਨੇ ਲੈ ਕੇ ਜਾਣੀ ਹੈ। ਸਰਕਾਰ ਸਾਨੂੰ ਜੇਕਰ ਟੇਬਲ ਤੇ ਆ ਕੇ ਸਾਡੇ ਨਾਲ ਗੱਲਬਾਤ ਕਰਨੀ ਚਾਹੇਗੀ ਕਿ ਅਸੀਂ ਕਿਸਾਨ ਇੰਨੇ ਮੂਰਖ ਆ ਕਿ ਕਿਸਾਨ ਲੋਕ ਸਰਕਾਰ ਨਾਲ ਗੱਲ ਨਹੀਂ ਕਰਨਗੇ? ਸਾਨੂੰ ਪਤਾ ਇਸ ਗੱਲ ਦਾ ਕਿ ਗੱਲਬਾਤ ਇੰਨੇ ਵੀ ਸ਼ੁਰੂ ਹੋਣਾ ਹੁੰਦਾ ਹੈ। ਕਰੇ ਸਰਕਾਰ ਗੱਲਬਾਤ? ਸਰਕਾਰ ਤਾਂ ਹਜੇ ਹਮਲਾਵਰ ਰੁਖ ਚ ਹੈ, ਗੱਲਬਾਤ ਕਰਨ ਵਾਲੇ ਰੁਖ ਚ ਸਰਕਾਰ ਹਜੇ ਨਜ਼ਰ ਨਹੀਂ ਆ ਰਹੀ। ਜਦੋਂ ਉਸ ਦਿਨ ਰਾਤ ਨੂੰ ਦੇਰ ਰਾਤ ਤੱਕ ਮੀਟਿੰਗ ਚੱਲੀ, ਕਈ ਘੰਟੇ ਮੀਟਿੰਗ ਚੱਲੀ, ਉਸ ਤੋਂ ਪਹਿਲਾਂ ਵਾਲੀ ਮੀਟਿੰਗ ਵੀ ਕਈ ਘੰਟੇ ਚੱਲੀ ਸੀ, ਤਾਂ ਉਹਦੇ ਚ ਇਹ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਗੱਲਬਾਤ ਠੀਕ ਠਾਕ ਚੱਲ ਰਹੀ ਹੋਵੇ, ਜਿਹੜਾ ਟਾਈਮ ਲੱਗ ਰਿਹਾ ਹੈ ਉਹ ਗੱਲਬਾਤ ਵੈਸੇ ਕਿਸੇ ਕੜੀ ਤੇ ਥੋੜੀ ਬਹੁਤੀ ਪੋਜ਼ਿਟਿਵ ਸੀ ਜਾਂ ਤਲਕੀ ਵਾਲਾ ਮਾਹੌਲ ਰਿਹਾ? ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਚਲੋ ਅੱਜ ਨਹੀਂ ਤਾਂ ਕੱਲ ਵਾਲੀ ਮੀਟਿੰਗ, ਕੱਲ ਨਹੀਂ ਤਾਂ ਇੱਕ ਦੋ ਹੋਰ ਮੀਟਿੰਗਾਂ, ਦਿੱਲੀ ਬਹੁਤ ਮੀਟਿੰਗਾਂ ਚੱਲੀਆਂ ਸੀ, ਉਹਦੇ ਚੋਂ ਕੋਈ ਤੁਹਾਨੂੰ ਇੱਕ ਅੱਧਾ ਪਰਸੈਂਟ ਲੱਗਦਾ ਕਿ ਕੋਈ ਮੀਟਿੰਗਾਂ ਦੇ ਰਾਹੀਂ ਮਸਲਾ ਹੱਲ ਹੋ ਸਕਦਾ? ਦੇਖੋ, ਮਸਲੇ ਨੇ ਤਾਂ ਹੱਲ ਸਰਕਾਰ ਦੇ ਟੇਬਲ ਤੇ ਜਾ ਕੇ ਹੋਣਾ, ਉਹ ਚਾਹੇ ਮੀਟਿੰਗ ਦੇ ਰਾਹੀਂ ਹੋ ਜੇ, ਚਾਹੇ ਸਾਡੀ ਸਰਕਾਰ ਉੱਥੋਂ ਬੈਠੀ ਅਨਾਊਂਸਮੈਂਟ ਕਰਦੇ। ਉਦੋਂ ਤਿੰਨ ਕਾਨੂੰਨ ਵੀ ਤਾਂ ਉੱਥੋਂ ਬੈਠੀ ਅਨਾਊਂਸਮੈਂਟ ਕੀਤੇ ਸੀ। ਅੱਜ ਸਾਨੂੰ MSP ਦੀ ਗਰੰਟੀ ਦਾ ਕਾਨੂੰਨ ਲੈਣਾ ਹੈ, ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣੀ, ਅਸੀਂ ਕਿਸਾਨਾਂ ਦੀ ਕਰਜ਼ ਮੁਕਤੀ ਕਰਾਉਣੀ, WTO 'ਚ ਭਾਰਤ ਬਾਹਰ ਲਿਆਉਣਾ, ਜਿਹੜੀਆਂ ਬਾਕੀ ਮੰਗਾਂ ਨੇ ਜਿਹਨੂੰ ਇਹ ਕਹਿੰਦੇ ਨੇ। ਉਹਦੇ ਮੰਤਰੀ ਜੀ ਵੀ ਕਹਿੰਦੇ ਕਿ ਵੱਡੀਆਂ ਬਹੁਤ ਹੀ ਵੱਡੀ ਪੱਧਰ ਦੇ ਉੱਤੇ ਮੰਗਾਂ ਮੰਨ ਲਈਆਂ ਗਈਆਂ। ਯਾਰ, ਉਹ ਮੰਗਾਂ ਥੋੜੀ ਹੈ, ਉਦੋਂ ਜਦੋਂ ਅੰਦੋਲਨ ਸ਼ੁਰੂ ਹੋਇਆ, ਅੰਦੋਲਨ ਦੇ ਦੌਰਾਨ ਸਾਡੇ ਜਿਹੜੇ ਕਿਸਾਨ ਫੱਟੜ ਹੋਏ ਨੇ, ਔਰ ਤੁਸੀਂ ਕਮਿਟਮੈਂਟ ਕੀਤੀ ਹੈ ਕਿ ਇਹਨਾਂ ਨੂੰ 10-10 ਲੱਖ ਰੁਪਇਆ ਦੇਵਾਂਗੇ, ਉਹ ਜਿਹੜੇ ਹਾਲਾਤ ਬਣੇ ਬੇਸਿਕਲੀ ਉਦੋਂ ਭੇਜਣ ਵਾਲੇ ਉਹਨੂੰ ਕਮਿਟਮੈਂਟ ਕਹੀਏ ਕਿ ਵਰਾ ਕੇ ਭੇਜਣ ਵਾਲੀ ਗੱਲ ਮੰਨੀ ਹੈ? ਨਹੀਂ, ਉਹਨੂੰ ਉਸ ਵੇਲੇ ਜਿਹੜਾ ਲਿਖਤ ਦਿੱਤਾ, ਵਰਾ ਕੇ ਭੇਜਣ ਨਹੀਂ ਕਿਹਾ ਜਾ ਸਕਦਾ। ਜਦੋਂ ਲਿਖਤ ਦੇ ਸਾਡੇ ਕੋਲ ਆ ਗਿਆ, ਇੱਕ ਚਿੱਠੀ ਆ ਗਈ, ਸਹਿਨ ਹੋ ਕੇ ਆ ਗਈ ਸੈਕਟਰੀ ਦੀ, ਤਾਂ ਉਹਨੂੰ ਇਹੀ ਮੰਨਾਂਗੇ ਕਿ ਉਹਨਾਂ ਨੇ ਕਮਿਟਮੈਂਟ ਕੀਤੀ ਹੈ, ਵਰਾ ਕੇ ਹੁੰਦਾ ਗੱਲੀ ਬਾਤੀ ਕਰਕੇ ਮੋੜ ਦੇਣਾ। ਬਿਲਕੁਲ, ਤਾਂ ਹੁਣ ਰਣਨੀਤੀ ਕੀ ਰਹਿਣ ਵਾਲੀ ਆ? ਕਿਉਂਕਿ ਨੌਜਵਾਨ ਜਿਹੜੇ ਕਿਸਾਨ ਨੇ ਉਹ ਬੜੇ ਅਗਰੈਸ਼ਨ ਦੇ ਵਿੱਚ ਨੇ, ਉਹ ਆਉਂਦੇ ਨੇ ਵੀ ਅਸੀਂ ਤਾਂ ਜੋ ਮਰਜ਼ੀ ਆ ਸਾਹਮਣੇ ਤੋੜ ਕੇ ਗਾਂ ਜਾਣਾ, ਪਰ ਮੈਂ ਤੁਹਾਡੇ ਆਗੂਆਂ ਵੱਲੋਂ ਦੇਖ ਰਿਹਾ ਕਿ ਕਰੀਬ ਅਜੇ ਸੰਯਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਵੱਲੋਂ ਪਹਿਲ ਨਾ ਹੋਵੇ, ਤਾਂ ਅੱਗੇ ਰਣਨੀਤੀ ਕੀ ਰਹਿਣ ਵਾਲੀ ਹੈ? ਦੇਖੋ, ਰਣਨੀਤੀ ਤਾਂ ਤਿਆਰ ਕਰਾਂਗੇ ਬੈਠ ਕੇ ਸਾਰੇ ਜਾਣੇ, ਰਣਨੀਤੀ ਦੇ ਵਿੱਚ ਕੋਈ ਕਮੀ ਨਹੀਂ। ਰਣਨੀਤੀ ਹਰ ਇੱਕ ਗੱਲ ਸੋਚ ਸੋਚ ਕੇ ਚੱਲ ਰਹੇ, ਤੁਸੀਂ ਇੱਕ ਗੱਲ ਦਾ ਨੋਟ ਕਰਿਓ, ਅਸੀਂ ਜਿੰਨਾ ਉਹ ਸਾਡੇ ਤੇ ਇੱਥੇ ਹਮਲਾਵਰ ਹੋ ਰਹੇ ਨੇ ਤੇ ਜਿੰਨੇ ਸੰਜਮ ਨਾਲ ਸਾਡੇ ਯੂਥ ਨੇ ਇਦੋਂ ਪਹਿਲਾਂ ਕੰਮ ਕੀਤਾ ਅੱਜ ਤੱਕ, ਕੱਲ ਦਾ ਸਾਰਾ ਦਿਨ, ਔਰ ਵੱਡੀ ਪੱਧਰ ਤੇ ਤੇ ਮੁੰਡੇ ਜ਼ਖਮੀ ਵੀ ਹੋਏ ਨੇ, ਸਾਡੇ ਆਗੂਆਂ ਦੇ ਮਤਲਬ ਸੱਟਾਂ ਲੱਗੀਆਂ ਨੇ, ਹੁਣ ਇੰਨਾ ਕੁਛ ਹੋਇਆ, ਸੰਜਮ ਰੱਖਿਆ ਨਾ ਮੁੰਡਿਆਂ ਨੇ, ਕਿਸੇ ਨੇ ਸੰਜਮ ਨਹੀਂ ਤੋੜਿਆ, ਇਹਦਾ ਮਤਲਬ ਇਹਨਾਂ ਨੂੰ ਫਿਕਰ ਪੈ ਗਿਆ ਕਿ ਅਸੀਂ ਜਿੱਤਣਾ ਹੈ, ਜੇ ਜਿੱਤਣਾ ਹੈ ਤਾਂ ਸੰਜਮ ਨਾਲ ਹੀ ਜਿੱਤਿਆ ਜਾਣਾ, ਕਰਨ ਦਿਓ ਜਿਹੜਾ ਕੋਈ ਕਰਦੇ ਆ। ਕੱਲ ਜਿਹੜਾ ਕੁਛ ਹੋਇਆ ਪੂਰੇ ਵਰਲਡ ਦੇ ਵਿੱਚ, ਮੇਰੇ ਨਾਲੋਂ ਮੇਰਾ ਖਿਆਲ ਮੀਡੀਆ ਨੂੰ ਜ਼ਿਆਦਾ ਪਤਾ ਹੋਏਗਾ, ਕਿਉਂਕਿ ਅਸੀਂ ਤਾਂ ਇੱਥੇ ਬਿਜ਼ੀ ਸੀਗੇ, ਸਾਡੇ ਕੋਲ ਤਾਂ ਇੱਥੇ ਨੈਟਵਰਕ ਹੀ ਚੱਲਦਾ ਸੀ। ਪੂਰੇ ਵਰਲਡ ਦੇ ਵਿੱਚ ਇਹਦਾ ਮੋਦੀ ਨੂੰ ਥੂ ਥੂ ਹੋਈ ਜਾਂ ਨਹੀਂ ਹੋਈ? ਅਗਰ ਇਹ ਹੋ ਰਹੀ ਹੈ, ਅਗਰ ਇਹ ਹੋ ਰਹੀ ਹੈ ਤਾਂ ਮੋਦੀ ਦਾ ਗ੍ਰਾਫ ਅਸੀਂ ਥੱਲੇ ਲਿਜਾਣ ਦੇ ਵਿੱਚ ਸਫਲ ਹੋ ਰਹੇ ਹਾਂ, ਔਰ ਜਿੰਨਾ ਉਹਦਾ ਗ੍ਰਾਫ ਨੂੰ ਥੱਲੇ ਲਿਜਾਣ 'ਚ ਸਫਲ ਹੋਵਾਂਗੇ, ਓਨਾ ਉਹਨਾਂ ਨੂੰ ਫਿਕਰ ਪੈਣਾ, ਕਿਉਂਕਿ ਚੋਣਾਂ ਆ ਗਈਆਂ ਸਿਰ ਤੇ, ਓਨਾ ਹੀ ਉਹਨੂੰ ਫਿਕਰ ਪੈਣਾ, ਕਿਉਂਕਿ ਮੋਦੀ ਨੂੰ ਇੱਕ ਬਹੁਤ ਵੱਡਾ ਮਾਣ ਹੋ ਗਿਆ ਸੀ ਕਿ ਜੀ ਮੈਂ ਰਾਮ ਮੰਦਿਰ ਬਣਾਤਾ, ਤੇ ਅੱਜ ਸ਼ਾਇਦ ਹੁਣ ਮੈਂ ਕਿਸੇ ਤੋਂ ਢਹਿੰਦਾ ਨਹੀਂ, ਲੇਕਿਨ ਬਾਬਾ ਨਾਨਕ ਮੇਰਾ ਸਤਿਗੁਰੂ, ਅਕਾਲ ਪੁਰਖ, ਵਾਹਿਗੁਰੂ, ਉਹ ਬੜੀ ਸੁਪਰੀਮ ਪਾਵਰ ਹੈ। ਇੱਕ ਚੀਜ਼ ਸਪਸ਼ਟ ਕਰਿਓ, ਹੁਣ ਮੋਰਚਾ ਇੱਥੇ ਸ਼ੰਭੂ ਤੇ ਪੱਕਾ ਲੱਗ ਸਕਦਾ ਹੈ ਕਿ ਫਿਰ ਜਾਣਾ ਤਾਂ ਦਿੱਲੀ ਹੋਈ ਹੈ? ਨਹੀਂ, ਇਹ ਮੇਰੀ ਨਹੀਂ ਨਾ ਰਹੇ, ਮੈਂ ਕਾ ਮੋਰਚੇ ਦਾ ਹਿੱਸਾ, ਅਸੀਂ ਭਾਵੇਂ ਮੈਨੂੰ ਸਾਡਾ ਮੋਰਚਾ ਆਗੂ ਮੰਨਦਾ ਹੋਵੇ, ਕੁਛ ਵੀ ਕਰਦਾ ਹੋਵੇ, ਲੇਕਿਨ ਅਸੀਂ ਸਾਰੇ ਫਿਰ ਵੀ ਭਰਾ ਹਾਂ, ਸਾਰੇ ਅਸੀਂ ਬਰਾਬਰ ਦੇ ਹਾਂ, ਸਾਰੇ ਅਸੀਂ ਇੱਕੋ ਜਿਹੇ ਹਾਂ। ਅਸੀਂ ਬੈਠ ਕੇ ਚਰਚਾ ਕਰਾਂਗੇ ਕਿ ਕਿਹੜੀ ਚੀਜ਼ ਸਾਨੂੰ ਮੋਰਚੇ ਨੂੰ ਜਿੱਤ ਵੱਲ ਲਿਜਾਂਦੀ ਹੈ।
ਅਸੀਂ ਉਸ ਪਾਸੇ ਨੂੰ ਵਧਾਂਗੇ ਜਿਹੜੀ ਚੀਜ਼ ਸਾਨੂੰ ਮੋਰਚੇ ਨੂੰ ਜਿੱਤ ਵੱਲ ਜਾਂਦੀ ਹੈ। ਇੱਕ ਚੀਜ਼ ਡਲਵਾ ਸਾਹਿਬ ਹੋਰ, ਇਸ ਤੋਂ ਪਹਿਲਾਂ ਜਦੋਂ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਉਦੋਂ ਸਾਰੀਆਂ ਜਥੇਬੰਦੀਆਂ ਨਾਲ ਆ ਕੇ ਖੜ ਗਈਆਂ ਸੀ, ਹੁਣ ਕਈ ਜਥੇਬੰਦੀਆਂ ਹਲੇ ਕਿਤੇ ਨਾ ਕਿਤੇ ਬਿਆਨ ਵੀ ਜ਼ਿਆਦਾਤਰ ਦੇ ਬਿਆਨ ਆ ਰਹੇ ਕਿ ਜੇ ਧੱਕਾ ਹੋਊਗਾ ਤਾਂ ਅਸੀਂ ਨਾਲ ਖੜੇ ਹਾਂ, ਪਰ ਕੁੱਝ ਕੁ ਬਿਆਨ ਐਸੇ ਵੀ ਆ ਰਹੇ ਜਿਹਨੂੰ ਠੀਕ ਠਾਕ ਨਹੀਂ ਦੇਖਿਆ ਜਾ ਸਕਦਾ। ਤਾਂ ਕੀ ਸਾਰੀਆਂ ਜਥੇਬੰਦੀਆਂ ਇੱਕ ਵਾਰੀ ਫਿਰ ਤੋਂ ਅਗਰ ਇਕੱਠੀਆਂ ਹੋ ਕੇ, ਪਹਿਲਾਂ ਇਕੱਠੇ ਸੀ ਤਾਂ ਉਹਦਾ ਬੜਾ ਪੋਜ਼ਿਟਿਵ ਸੁਨੇਹਾ ਗਿਆ, ਉਸ ਇਕੱਠੇ ਵਾਲੇ ਦੌਰ ਵੱਲ ਵੱਧ ਰਹੀਆਂ ਜਥੇਬੰਦੀਆਂ ਦੇ, ਤੁਹਾਨੂੰ ਕੋਈ ਸੁਨੇਹੇ ਆਏ ਕਿ ਬਾਈ ਕੋਈ ਗੱਲ ਨੀ ਤੁਸੀਂ ਪੇਚਾ ਪਾ ਲਿਆ ਤੇ ਅਸੀਂ ਤੁਹਾਡੇ ਨਾਲ ਆ ਰਹੇ ਹਾਂ? ਬਹੁਤ ਸਾਰੀਆਂ ਆਉਣਗੀਆਂ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਕਿਸਾਨਾਂ ਦੇ ਲਈ ਅੰਦੋਲਨ ਲੜਨ ਦੀ ਤਿਆਰੀ ਕਰ ਰਹੇ ਹੋਈਏ, ਉਦੋਂ ਕਦੇ ਵੀ ਕੋਈ ਕਿਸਾਨ ਜਥੇਬੰਦੀ ਜਿਹੜੀ ਸੱਚੀਓ ਸੰਜੀਦਾ ਹੈ ਕਿਸਾਨਾਂ ਦੇ ਮੁੱਦਿਆਂ ਤੇ, ਉਹ ਉਸ ਅੰਦੋਲਨ ਦੇ ਨੈਗੇਟਿਵ ਬਿਆਨ ਨਹੀਂ ਦਿੰਦੀ, ਸਿਆਣੀ ਜਥੇਬੰਦੀ ਕੋਈ ਨਹੀਂ ਦਿੰਦੀ। ਤੇ ਜਿਹੜੀਆਂ ਜਥੇਬੰਦੀਆਂ ਉਦੋਂ ਕਹਿ ਰਹੀਆਂ ਸੀ ਕਿ ਇਹਨਾਂ ਦੇ ਛਿੱਤਰ ਪੈਣਗੇ, ਇਹਨਾਂ ਦੇ ਡਾਂਗਾ ਪੈਣਗੀਆਂ, ਉਦੋਂ ਤਾਂ ਸਰਕਾਰ ਦੇ ਕੋਈ ਪ੍ਰਬੰਧ ਨਹੀਂ ਸੀ ਅਜੇ, ਇਹਦਾ ਮਤਲਬ ਸਰਕਾਰ ਦੀ ਅੰਦਰਲੀ ਗੱਲ ਤਾਂ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨਾਲ ਕੁਛ ਹੋਏਗਾ, ਇਹਦੇ ਤੋਂ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ। ਇੱਕ ਸਪਸ਼ਟ ਤੌਰ ਤੇ ਤੁਹਾਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਜਥੇਬੰਦੀਆਂ ਜੇ ਇਕੱਠੀਆਂ ਹੀ ਰਹਿਣ ਤਾਂ ਤੁਸੀਂ ਵੈਸੇ ਇਸ ਸੁਨੇਹੇ ਨੂੰ ਜਾਂ ਕੋਈ ਮੀਟਿੰਗ ਕਾਲ ਕਰਕੇ ਤਾਂ ਕਿ, ਕਿਉਂਕਿ ਜਿਹੜੇ ਲੋਕ ਨੇ ਬੇਸਿਕਲੀ ਜਥੇਬੰਦੀਆਂ ਬੇਸ਼ੱਕ ਰਣਨੀਤੀ ਦੇ ਨਾਲ ਚੱਲ ਸਕਦੀਆਂ ਪਰ ਲੋਕ ਤਾਂ ਆਪ ਮੁਹਾਰੇ ਚੱਲਦੇ ਨੇ, ਮਸਲਾ ਤਾਂ ਸਾਰੇ ਕਿਸਾਨਾਂ ਦਾ, ਦੂਜੇ ਕਿਸਾਨ ਜੇ ਆਗੂ, ਤੁਹਾਨੂੰ ਲੱਗਦਾ ਕਿ ਜੇ ਆਗੂ ਭਾਈ ਸਟੈਂਡ ਨਹੀਂ ਲੈਣਗੇ ਤਾਂ ਫਿਰ ਲੋਕ ਆਮ ਮੁਹਾਰੇ ਵੀ ਗਾਹ ਤੁਰ ਸਕਦੇ? ਦੇਖੋ ਇਹ ਗੱਲ ਬੜੀ ਕਲੀਅਰ ਹੈ, ਲੋਕ ਆ ਰਹੇ ਨੇ, ਲੋਕ ਅਗਲਾ ਵੀ ਜਿਹੜਾ ਮੋਰਚਾ ਲੱਗਿਆ ਜਾਂ ਜਿੱਤਿਆ ਗਿਆ ਉਹ ਸੰਗਤ ਦੇ ਸਹਿਯੋਗ ਨਾਲ ਜਿੱਤਿਆ ਗਿਆ, ਆਗੂਆਂ ਨਾਲ ਨਹੀਂ ਜਿੱਤਿਆ ਗਿਆ। ਅੱਜ ਵੀ ਮੋਰਚਾ ਸੰਗਤ ਨੇ ਲਾਉਣਾ ਹੈ, ਸੰਗਤ ਨੇ ਲੜਨਾ ਹੈ, ਸੰਗਤ ਨੇ ਜਿੱਤਣਾ ਹੈ। ਔਰ ਤੁਸੀਂ ਦੇਖ ਨਹੀਂ ਰਹੇ, ਇਹਨੂੰ ਵੀ ਤੁਸੀਂ ਚੈੱਕ ਕਰਿਓ, ਮੈਂ ਸਾਰੀ ਪ੍ਰੈਸ ਨੂੰ ਇੱਕ ਅਪੀਲ ਕਰਦਾ ਕਿ ਤੁਹਾਨੂੰ ਘੱਟੋ ਘੱਟ ਦੁਨੀਆਂ ਦੇ ਵਿੱਚ ਗੱਲ ਲਿਜਾਣ ਦਾ ਮੌਕਾ ਮਿਲੇ। ਇਸ ਬਾਰਡਰ ਦੇ ਉੱਤੇ ਤੁਸੀਂ ਚੈੱਕ ਕਰ ਲਿਆ, ਹੁਣ ਜਾ ਕੇ ਤੁਸੀਂ ਇੱਕ ਵਾਰੀ ਇੱਕ ਟਾਈਮ ਥੋੜਾ ਜਿਹਾ ਕੱਢ ਕੇ ਉਧਰਲੇ ਤੇ ਵੀ ਜਾ ਕੇ ਆਇਓ, ਖਲੋਰੀ ਵਾਲੇ ਤੇ ਵੀ, ਉੱਥੋਂ ਦੇ ਪੋਜੀਸ਼ਨ ਮੈਂ ਉੱਥੋਂ ਜਾਇਆ ਜੀ, ਲਾਇਆ ਦੋ ਦਿਨ ਦੇਖ ਆਇਓ, ਹੁਣ ਉੱਥੋਂ ਵਾਲਾ ਮੋਰਚਾ ਬਣਿਆ ਲੱਗਦਾ ਤੁਹਾਨੂੰ ਕਿ ਬਰਾਬਰ ਮੋਰਚਾ ਬਣਿਆ ਪਿਆ? ਕੋਈ ਲੱਗਦਾ ਕਿ ਉੱਥੇ ਮਤਲਬ ਕੋਈ ਕਿਸੇ ਤਰ੍ਹਾਂ ਦੀ ਕਿਸਾਨਾਂ ਦੇ ਰੋਹ ਦੇ ਵਿੱਚ ਘਾਟ ਲੱਗ ਰਹੀ ਹੋਵੇ ਜਾਂ ਕਿਸਾਨ ਡਰਦੇ ਹੋਣ? ਤਾਂ ਜੇ ਇਹ ਸਾਰਾ ਕੁਛ ਹੈ ਤਾਂ ਇਹਦਾ ਮਤਲਬ ਮੋਰਚਾ ਉਹੀ ਬਣ ਚੁੱਕਾ। ਆਖਰੀ ਨੌਜਵਾਨਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਜਾਂ ਬਾਕੀ ਕਿਸਾਨਾਂ ਨੂੰ, ਕਿਉਂਕਿ ਇੱਕ ਚੀਜ਼ ਹੋਰ ਇੱਥੋਂ ਬਾਰੇ ਵੀ, ਡਰੋਨ ਆਉਂਦਾ ਹੋ ਸਕਦਾ ਆਪਣੇ ਖੜਿਆ ਖੜੇ ਹੀ ਆਪਣੇ ਸਿਰ ਜੇ ਤੇ ਆ ਕੇ ਸਿੱਟ ਜੇ, ਤੇ ਡਰੋਨ ਇਧਰਲੇ ਪਾਸੇ ਆ ਕੇ ਵੀ ਅਟੈਕ ਕਰ ਰਿਹਾ, ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਸਥਿਤੀ ਦੇ ਵਿੱਚ ਨਜਿੱਠਣਾ ਕਿਵੇਂ ਹੈ ਤੇ ਇਸ ਮੋਰਚੇ ਨੂੰ ਕਾਮਯਾਬ ਕਿਵੇਂ ਕਰਨਾ ਆਖਰੀ ਸ਼ਬਦਾਂ ਚ? ਦੇਖੋ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਉਹਨਾਂ ਦੀ ਹਿੰਮਤ ਤੋਂ ਬਿਨਾਂ, ਸਾਡੇ ਵਰਗੇ 70-70, 75-75 ਸਾਲ ਵਾਲੇ ਤਾਂ ਮੋਰਚੇ ਦੇ ਵਿੱਚ ਉਹ ਕੁਛ ਨਹੀਂ ਕਰ ਸਕਦੇ ਜਿਹੜਾ ਯੂਥ ਕਰ ਸਕਦੇ, ਲੇਕਿਨ ਇਹ ਜ਼ਰੂਰ ਆ ਕਿ ਸੰਜਮ ਤੋਂ ਕੰਮ ਲੈਣਾ, ਮੋਰਚਾ ਜਿੱਤਣਾ, ਜਿੱਤ ਕੇ ਜਾਵਾਂਗੇ। ਸਾਡੇ ਨੌਜਵਾਨਾਂ ਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਰਹੀ ਕਿਉਂਕਿ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ। ਪਿਛਲੇ ਮੋਰਚੇ ਨੇ ਬੜੇ ਟ੍ਰੇਨਿੰਗ ਦੇ ਦਿੱਤੀ ਹੈ, 13 ਮਹੀਨੇ ਟ੍ਰੇਨਿੰਗ ਹੀ ਕਰਕੇ ਆਏ ਨੇ ਕਿ ਮੋਰਚਾ ਜਿੱਤਣਾ ਕਿਵੇਂ ਹੈ, ਔਰ ਉਸੇ ਹਿਸਾਬ ਨਾਲ ਸਾਡਾ ਯੂਥ ਮਤਲਬ ਚੱਲ ਰਿਹਾ। ਜਿਹੜੀ ਗੱਲ ਹੈ ਕਿ ਇੱਥੋਂ ਦਾ ਜਿਹੜਾ ਹਾਲਾਤ ਹੈ ਉਹਦੇ ਬਾਰੇ ਮੈਂ ਸਾਡੇ ਪੂਰੇ ਇਲਾਕੇ ਨੂੰ, ਲੋਕਾਂ ਨੂੰ ਅਪੀਲ ਕਰੂੰਗਾ ਕਿ ਜਦੋਂ ਇੱਥੇ ਅਥਰੂ ਗੈਸ ਚੱਲਦਾ ਹੈ ਉਹਦੇ ਲਈ ਪਾਣੀ ਦੀ ਬਹੁਤ ਮਹੱਤਤਾ, ਪਾਣੀ ਦੀ ਲੋੜ ਹੈ, ਆਪਾਂ ਇੱਥੇ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਪਾਣੀ ਪਹੁੰਚਾਓ, ਵੱਧ ਤੋਂ ਵੱਧ ਇੱਥੇ ਮਤਲਬ ਜਿਹੜੀਆਂ ਬੋਰੀਆਂ ਨੇ, ਖਾਈਆਂ ਬੋਰੀਆਂ, ਉਹ ਪੜਦੀਆਂ ਕਰੋ ਤਾਂ ਕਿ ਉਹਦੇ ਨਾਲ ਜਿੱਥੇ ਕਿਤੇ ਵੀ ਅਥਰੂ ਗੈਸ ਦਾ ਗੋਲਾ ਸੁੱਟਦੇ ਆ ਉਹਨੂੰ ਉੱਥੇ ਡੈਮੇਜ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪ੍ਰਸ਼ਾਸਨ ਨੂੰ ਆ ਜਿਹੜਾ ਡਰੋਨ ਪੰਜਾਬ ਵਾਲੇ ਪਾਸੇ ਆ ਕੇ ਸੁੱਟਦਾ ਉਹਦਾ ਸੁਨੇਹਾ ਲਾਇਆ ਕੋਈ ਵੀ? ਹਾਂ, ਕੱਲ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਹੈ, ਅਸੀਂ ਉਹਨਾਂ ਨੂੰ ਬਕਾਇਦਾ ਕਿਹਾ ਵੀ ਇਹਨੂੰ ਬੰਦ ਕਰਾਓ।
ਪੰਜਾਬ ਸਰਕਾਰ, ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਿਣਾ ਕਿ ਪੰਜਾਬ ਸਰਕਾਰ ਇਹਦੇ ਤੇ ਤੁਰੰਤ ਐਕਸ਼ਨ ਲਵੇ। ਉਹ ਸਾਡੀ ਏਰੀਏ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਉਹ ਨਹੀਂ ਕਰ ਸਕਦੇ। ਹਾਂ ਅਸੀਂ ਗਾਹਾਂ ਜਾਵਾਂਗੇ, ਸਾਡੇ ਨਾਲ ਜੋ ਕੁਛ ਹੁੰਦਾ ਵੱਖਰੀ ਗੱਲ ਹੈ, ਲੇਕਿਨ ਅਸੀਂ ਤਾਂ ਜੇ ਆਪਦੇ ਪੰਜਾਬ 'ਚ ਖੜੇ ਹਾਂ, ਪੰਜਾਬ 'ਚ ਆ ਕੇ ਸਾਡੇ 'ਤੇ ਡਰੋਨ ਦੇ ਰਾਹੀਂ ਮਤਲਬ ਗੋਲੇ ਸਿੱਟਣ ਦੀ ਕੋਸ਼ਿਸ਼ ਕਰਦੇ ਆ, ਇਹਨੂੰ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਇਹਨੂੰ ਰੋਕੇ ਸਰਕਾਰ।